ਮੈਨੂੰ ਪਤਾ ਲੱਗਾ ਕੱਲ 5:50 ਤੇ ਫੋਨ ਆਇਆ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮੇਰੇ ਨਾਲ ਮੈਂ ਪਿਆਰ ਨਾਲ ਜੀ ਜੀ ਕਰਕੇ ਗੱਲ ਕਰਦਾ ਰਿਹਾ। ਮਿਲਿਆ ਤੱਕ ਨਹੀਂ ਹੈਗਾ ਆਪਣੀ ਭੈਣ ਨੂੰ। ਸਾਰਾ ਟੱਬਰ ਹੀ ਇਹਨਾਂ ਦਾ, ਜੇਠ ਜਠਾਣੀ ਮੁੰਡਾ ਸੱਸ ਸਹੁਰਾ ਸਾਰੇ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਹੋਇਆ। ਹੁਣ ਡਿਮਾਂਡ ਰੱਖੀ ਸੀ ਦਿਵਾਲੀ 'ਤੇ ਵੀ ਇੰਨੀ ਉਕਾਰ ਦਿਓ ਜੀ, ਮੁੰਡੇ ਨੇ ਆਉਣਾ ਸੀ ਬਾਹਰੋਂ, ਮੁੰਡਾ ਬਾਹਰੋਂ ਆ ਕੇ ਦਿਵਾਲੀ ਗਿਫਟ ਚਾਹੀਦਾ ਸਾਨੂੰ। ਪਤਾ ਲੱਗਾ ਕੱਲ 5:50 'ਚ ਫੋਨ ਆਇਆ ਕਿ ਤੇਰੀ ਤੁਹਾਡੀ ਭੈਣ ਪੂਰੀ ਹੋ ਗਈ, ਆ ਕੇ ਚੱਕ ਲਓ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮੇਰੇ ਨਾਲ ਮੈਂ ਪਿਆਰ ਨਾਲ ਜੀ ਜੀ ਕਰਕੇ ਗੱਲ ਕਰਦਾ ਰਿਹਾ। ਕੀ ਕਿਉਂ ਮਿਲਣ ਵੀ ਨਹੀਂ ਦਿੱਤਾ ਮੈਨੂੰ? ਮੈਂ 20 ਦਾ ਆਇਆ ਹੋਇਆ, ਮਿਲਣ ਵੀ ਨਹੀਂ ਦਿੱਤਾ, ਮਿਲਿਆ ਤੱਕ ਨਹੀਂ ਹੈਗਾ ਆਪਣੀ ਭੈਣ ਨੂੰ, ਉਹਨਾਂ ਲਈ ਆਇਆ। ਕੀ ਮੰਗ ਕੀ ਕਰਦੇ ਸੀ, ਕਿਉਂ ਮਾਰਿਆ, ਕੀ ਕਾਰਨ? ਮੰਗਾਂ ਹੁਣ ਪੂਰੀਆਂ ਤਾਂ ਕਰੀ ਜਾਂਦੇ। ਫਿਰ ਕੀ ਮੰਗ ਕੀਤੀ ਹੁੰਦਾ, ਕਿੰਨੇ ਪੈਸੇ ਦੇ ਚੁੱਕੇ ਇਹਨਾਂ ਨੂੰ? ਪੈਸੇ ਤਾਂ ਮੈਂ ਬਾਹਰੋਂ ਵੀ ਭੇਜੇ ਆ, ਮੈਂ ਬਹੁਤ ਚੀਜ਼ਾਂ ਭੇਜਦਾ ਰਿਹਾ, ਦਿਨ ਤਿਉਹਾਰ ਭੇਜਦਾ ਮੈਂ, ਜਿੰਨਾ ਮੇਰੇ ਕੋਲ ਪੂਰਾ ਮੈਂ ਕਰਦਾ ਹਾਂ। ਹੁਣ ਕੀ ਮੰਗ ਕਰਦੇ ਸੀ ਗੱਡੀ ਦੀ? ਕੀ ਕਹਿੰਦੇ ਸੀ ਭੈਣ? ਉਹ ਹੀ ਗੱਡੀ ਕਹਿੰਦੇ ਆ, ਮੈਂ ਕਿਹਾ ਕੋਈ ਨਾ ਕਰ ਦਿੰਦੇ ਗੱਡੀ ਵੀ, ਗੱਡੀ ਦੀ ਕਿਹੜੀ ਗੱਲ ਆ। ਤੁਸੀਂ ਕਿੰਨਾ ਸਮਾਂ ਮੰਗਿਆ ਗੱਡੀ ਦੇਣ ਵਾਸਤੇ? ਸਮੇਂ ਦੀ ਤਾਂ ਗੱਲ ਹੀ ਨਹੀਂ ਹੋਈ ਅਜੇ ਕੋਈ, ਮੈਂ ਕਿਹਾ ਦੇ ਦਿੰਦੇ ਹਾਂ। ਫਿਰ ਕੱਲ੍ਹ ਤੈਨੂੰ ਪਤਾ ਲੱਗਾ? ਕੱਲ੍ਹ ਪਤਾ ਲੱਗਾ। ਦੇਖੋ ਨਿਸ਼ਾਨ ਜਦੋਂ ਭਰੇ ਹੋਏ ਬੋਡੀ ਤੇ ਪੂਰੇ, ਤੁਸੀਂ ਨਹੀਂ ਤੈਨੂੰ ਕੁੜੀ ਪਸੰਦ, ਤੂੰ ਵਾਪਸ ਕਰ, ਮੈਂ ਰੱਖ ਨਹੀਂ ਸਕਦਾ ਆਪਣੀ ਭੈਣ ਨੂੰ। ਕੀ ਮੰਗ ਕਰਦੇ, ਕੀ ਹੋਣਾ ਚਾਹੀਦਾ ਇਹਨਾਂ ਖਿਲਾਫ? ਇਨਸਾਫ਼ ਦਿਓ, ਖਿਲਾਫ਼ ਕੀ ਅੰਦਰ ਦਿਓ ਸਾਰਾ ਪਰਿਵਾਰ। ਕੱਲ੍ਹ ਬਸ ਤੰਗ ਪਰੇਸ਼ਾਨ ਕਰਦੇ ਸੀ, 6 ਤੋਂ ਬਹੁਤ ਜ਼ਿਆਦਾ ਕਰਨ ਲੱਗ ਪਏ, ਸਾਰਾ ਟੱਬਰ ਹੀ ਇਹਨਾਂ ਦਾ, ਜੇਠ ਜਠਾਣੀ ਮੁੰਡਾ ਸੱਸ ਸਹੁਰਾ ਸਾਰੇ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਹੋਇਆ। ਹੁਣ ਡਿਮਾਂਡ ਰੱਖੀ ਸੀ ਦਿਵਾਲੀ 'ਤੇ ਵੀ ਇੰਨੀ ਉਕਾਰ ਦਿਓ ਜੀ, ਮੁੰਡੇ ਨੇ ਆਉਣਾ ਸੀ ਬਾਹਰੋਂ, ਵੀ ਮੁੰਡਾ ਬਾਹਰੋਂ ਆ ਕੇ ਦਿਵਾਲੀ ਗਿਫਟ ਚਾਹੀਦਾ ਸਾਨੂੰ। ਅਸੀਂ ਕਿਹਾ ਵੀ ਚੱਲ ਦਿਲਾਸਾ ਦਿੱਤਾ ਵੀ ਦੇ ਦਿੰਦੇ ਕੁੜੀ ਨੂੰ, ਭੇਜੋ ਟਿੱਕਾ ਲਾਉਣ ਤਾਂ ਭੇਜੋ, ਕੋਈ ਨਹੀਂ। ਬਸ ਕੱਲ੍ਹ ਮਾਰਤੀ ਉਹਨਾਂ ਨੇ ਗਲਾ ਘੋਟ ਕੇ। ਇਸ ਤੋਂ ਪਹਿਲਾਂ ਪੈਸੇ ਮੰਗ ਕਰਦੇ ਸੀ? ਮੈਂ ਪਾਏ ਇਹਨਾਂ ਦੇ ਅਕਾਊਂਟ 'ਚ ਪਾਉਂਦਾ ਰਿਹਾ, ਮੈਂ ਪੰਜ 5000 ਕਰਕੇ ਜਿੱਦਾਂ ਮੈਂ ਪਾਉਂਦਾ ਰਿਹਾ ਮੰਥਲੀ। ਕੌਣ ਮੰਗਦਾ ਪੈਸੇ? ਪੈਸੇ ਸੱਸ ਮੰਗਦੀ, ਮੁੰਡੇ ਦੇ ਅਕਾਊਂਟ 'ਚ ਪਾਉਂਦੇ ਰਹੇ ਹਾਂ, ਗੂਗਲ ਪੇ ਕਰਦੇ ਰਹੇ। ਇਹ ਕਿੱਥੇ ਪਿਆ ਵਿਆਹੀ ਕੁੜੀ ਦੇ? ਕੀ ਨਾਮ? ਕਲਾਨੋਰ ਆ ਕੁੜੀ ਬਈ, ਪ੍ਰਿੰਕਾ ਅਰੋੜਾ ਵਾ। ਮੁੰਡੇ ਦਾ ਕੀ ਨਾਮ? ਮੁੰਡੇ ਦਾ ਨਾਮ ਅਰੁਣ ਅਰੋੜਾ। ਕੀ ਕਾਰੋਬਾਰ ਕਰਦਾ? ਕਾਰੋਬਾਰ ਇਹਨਾਂ ਦੀ ਪ੍ਰਿੰਸ ਏਜੰਸੀ ਆ ਉੱਥੇ ਹੀਰੋ ਦੀ, ਡੇਰਾ ਬਾਬਾ ਨਾਨਕ ਰੋਡ 'ਤੇ, ਭਾਈਵਾਲ ਦੇ ਪਾਰਟਨਰਸ਼ਿਪ 'ਤੇ। ਪਹਿਲਾਂ ਵੀ ਲੜਕੀ ਨਾਲ ਮਾਰਕੀਟਿੰਗ ਕਰਦੇ ਸੀ? ਪਹਿਲਾਂ ਵੀ ਹੋਈ ਸੀ, ਡਿਸਪਿਊਟ ਹੋਇਆ ਸੀ ਮਹੀਨਾ ਕੁ ਪਹਿਲਾਂ, ਫਿਰ ਆਪਾਂ ਬੰਦੇ ਪੰਚਾਇਤ ਜਿੱਦਾਂ ਰਿਸ਼ਤੇਦਾਰ ਦੇ ਪਾ ਕੇ ਸਾਰੇ ਪਾ ਪੂਗੇ, ਅਤੇ ਇਹਨੂੰ ਮੈਂ ਛੱਡ ਕੇ ਆਇਆ ਸੀ। ਤੁਹਾਨੂੰ ਕਿੱਦਾਂ ਪਤਾ ਲੱਗਾ ਕੁੜੀ ਡੈਥ ਹੋ ਚੁੱਕੀ ਹੈ? ਸਾਨੂੰ ਮੈਂ ਇਹਦੀ ਸੱਸ ਦਾ ਫੋਨ ਆਇਆ ਵੀ ਕੁੜੀ ਤੁਹਾਡੀ ਮਰ ਗਈ ਹੈ, ਤਾਂ ਆ ਕੇ ਸਾਂਭ ਲਓ। 6 ਫੋਨ ਆਇਆ ਚਾਮੀ ਦਾ। ਕਿੱਦਾਂ ਡੈਥ ਹੋਈ? ਡੈਥ ਗਲਾ ਘੁੱਟ ਕੇ ਮਾਰੀ ਇਹਨਾਂ ਨੇ, ਕੁੱਟ ਮਾਰ ਕੀਤੀ ਹੋਈ, ਚੰਗੇ ਨਿਸ਼ਾਨ ਪਾਏ ਹੋਏ, ਪਹਿਲਾਂ ਕੁੱਟਿਆ ਫਿਰ ਗਲਾ ਘੁੱਟ ਕੇ ਲਟਕਾ ਦਿੱਤੀ ਹੋਣੀ ਇਹਨਾਂ ਨੇ। ਇਹ ਕੋਲ ਲਿਖਿਆ ਸੁਸਾਈਡ ਨੋਟ ਵੀ ਕੁੜੀ, ਲੇਕਿਨ ਉਹ ਕੁੜੀ ਦੀ ਹੈਂਡ ਰਾਈਟਿੰਗ ਹੈ ਨਹੀਂ ਗੀ, ਕੋਈ ਸਾਈਨ ਨਹੀਂ, ਕਟਿੰਗ ਆ ਪੂਰੀ ਹੁੰਦੇ 'ਤੇ। ਇਹ ਲੜਕੀ ਜਲੰਧਰ ਤੋਂ ਵਿਆਹੀ ਹੋਈ ਸੀਗੀ ਪਿੰਡ ਕਲਾਨੌਰ ਜੀ, ਅਤੇ ਕੱਲ੍ਹ ਇਹਨਾਂ ਨੂੰ ਉਹਨਾਂ ਦੇ ਘਰੋਂ ਫੋਨ ਗਿਆ ਜਲੰਧਰ ਵੀ ਤੁਹਾਡੀ ਲੜਕੀ ਜਿਹੜੀ ਆ ਵੀ ਇੱਦਾਂ ਇਹਨੂੰ ਕੋਈ ਕਰਨ ਡਈ ਆ, ਅਤੇ ਆਓ ਤੁਸੀਂ ਇੱਥੇ। ਮੁੜ ਕੇ ਇਹਨਾਂ ਨੂੰ ਦੁਬਾਰਾ ਉਹਨਾਂ ਨੇ ਫੋਨ ਕਰਤਾ ਵੀ ਲੜਕੀ ਦੀ ਮੌਤ ਹੋ ਗਈ ਆ, ਲੜਕੀ ਨੇ ਫਾਹ ਲਿਆ। ਮੁੜ ਕੇ ਇਹਦੇ ਆਏ ਨੇ ਪੇਕਾ ਪਰਿਵਾਰ ਆਇਆ ਜੀ, ਉਹਨਾਂ ਨੇ ਬਿਆਨ ਦਰਜ ਕਰਵਾਇਆ, ਅਤੇ ਬਿਆਨ ਦੇ ਆਧਾਰ 'ਤੇ ਜਿਹੜਾ 306 IPC ਦਾ ਪਰਚਾ ਜਿਹੜਾ ਕੱਲ੍ਹ ਦਾ 24 ਦਾ ਇਰਾਦਾ ਦਰਜ ਕੀਤਾ। 6 ਬੰਦਿਆਂ ਦੇ ਖਿਲਾਫ਼, ਉਹਦੇ ਵਿੱਚ ਲੜਕੀ ਦਾ ਸਹੁਰਾ ਹੈ ਜੀ, ਸੱਸ ਆ, ਘਰ ਦਾ ਹੈ, ਇੱਕ ਜੇਠ ਹੈ, ਇੱਕ ਜਠਾਣੀ ਹੈ, ਅਤੇ ਇੱਕ ਮਾਮਾ ਸਹੁਰਾ। ਸੁਸਾਈਡ ਨੋਟ ਆਇਆ ਜੀ, ਪਰ ਉਹਦੇ ਉੱਤੇ ਲੜਕੀ ਦੇ ਸਾਈਨ ਨਹੀਂ ਹੈਗੇ। ਹਾਂ ਉਹ ਚਲੋ ਉਹ ਇਨਵੈਸਟੀਗੇਸ਼ਨ ਦੇ ਵਿੱਚ ਲੜਾਈ ਆ ਜਿਹੜੀ ਰਾਈਡਿੰਗ ਆ ਉਹ ਟੈਸਟ ਕਰਵਾਈ ਜਾਏਗੀ।
अजे तो इन्वेस्टिगेशन रात पर्चा दर्ज किया जी, पोस्टमार्टम करवा रहे हैं, जो भी गांह इन्वेस्टिगेशन दे विच आएगा उहदे आधार ते गांह अगली कार्रवाई होगी। बयान दे विच नहीं इन्होंने लिखाया, बयान च की लिखाया इन्होंने, बयान दे विच यही लिखाया कि उन्होंने दस्सिया वी मौत हो गई आ, अहीं इत्थे आया तां फाह लै के ਗ੍ਰਿਫਤਾਰੀ ਹੋਈ ਤਾਂ ਕਿਸੇ ਤੱਕ ਨਹੀਂ, ਰਾਤ ਦਾ ਜੇ ਪਤਾ ਰਾਤ ਦਾ ਜੋ ਆਇਆ ਉਸ ਟਾਈਮ ਉਹਨਾਂ ਦੇ ਘਰ ਨੂੰ ਤਾਲੇ ਲੱਗੇ ਹੋਏ ਨੇ, ਗ੍ਰਿਫਤਾਰੀ ਆ ਜਾਣੀ।